ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਰਾਤ ਆਪਾਂ ਨੇ ਫਿਲਮ ਦੇਖੀ ਹੈ ਜੇ ਜੱਟ ਵਿਗੜ ਗਿਆ। ਜੇ ਜੱਟ ਵਿਗੜ ਗਿਆ ਫਿਲਮ ਡਾਇਰੈਕਟ ਕੀਤੀ ਹੈ ਆਪਣੇ ਮਨੀਸ਼ ਭੱਟ ਭਾਅ ਜੀ ਨੇ, ਅਤੇ ਇਸ ਦੀ ਕਹਾਣੀ ਸਕਰੀਨ ਪਲੇ ਡਾਇਲੋਗ ਲਿਖਿਆ ਸੀ ਅਮਰਜੀਤ ਸਿੰਘ ਸਰਾਓ ਨੇ, ਅਤੇ ਲੀਡ ਰੋਲ ਦੇ ਵਿੱਚ ਸਾਨੂੰ ਨਜ਼ਰ ਆਏ ਨੇ ਆਪਣੇ ਤੂਫਾਨ ਜੱਟ ਜੈ ਰੰਧਾਵਾ ਭਾਅ ਜੀ। ਸੋ ਗੱਲ ਕਰੀਏ ਸਭ ਤੋਂ ਪਹਿਲਾਂ ਫਿਲਮ ਦੀ ਕਹਾਣੀ ਦੀ, ਤਾਂ ਫਿਲਮ ਦੀ ਕਹਾਣੀ ਤਕਰੀਬਨ ਨਹੀਂ 22 ਤੋਂ 23 ਫਿਲਮਾਂ ਜਿਹੜੀਆਂ ਸਾਊਥ ਦੇ ਵਿੱਚ ਆਲਰੇਡੀ ਰਿਲੀਜ਼ ਹੋ ਚੁੱਕੀਆਂ 1999 ਤੋਂ ਲੈ ਕੇ 2012-13 ਤੱਕ, ਉਹਨਾਂ ਦੇ ਵਿੱਚੋਂ ਛੋਟੀਆਂ ਛੋਟੀਆਂ ਕਹਾਣੀਆਂ ਛੋਟੇ ਛੋਟੇ ਪਾਰਟ ਲੈ ਕੇ ਉਹਨਾਂ ਨੂੰ ਇਕੱਠੇ ਕਰ ਲਿਆ ਗਿਆ ਸੀ, ਅਤੇ ਉਸ ਹੀ ਕਹਾਣੀ ਨੂੰ ਅੱਗੇ ਵਧਾਉਂਦੀ ਫਿਲਮ ਅੱਗੇ ਵੱਧਦੀ ਹੈ। ਫਿਲਮ ਦੇ ਸ਼ੁਰੂਆਤ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਸੀਨ ਤੁਸੀਂ ਪ੍ਰਭਾਸ ਦੀ ਫਿਲਮ 'ਚ ਵੀ ਦੇਖਿਆ, ਇਹ ਸੀਨ ਤੁਸੀਂ NTR ਦੀ ਫਿਲਮ 'ਚ ਵੀ ਦੇਖਿਆ, ਇਹ ਸੀਨ ਤੁਸੀਂ ਨਾਨੀ ਦੀ ਫਿਲਮ 'ਚ ਵੀ ਦੇਖਿਆ ਹੋਇਆ ਵਾ। ਤਕਰੀਬਨ ਟੋਟਲ ਜਿਹੜੀ ਫਿਲਮ ਦੀ ਕਹਾਣੀ ਕਹਿ ਲਓ ਜਾਂ ਜਿਹੜੀਆਂ 5-6 ਲੌਂਗ ਫਾਈਟ ਸੀਨ ਆਉਂਦੇ ਨੇ, ਉਹ ਟੋਟਲ ਸਾਰੇ ਦੇ ਸਾਰੇ ਜਿਹੜੇ ਨੇ ਉਹ ਸਾਊਥ ਦੀ ਮੂਵੀਜ਼ ਦੇ ਵਿੱਚੋਂ ਕਾਪੀ ਕੀਤੇ ਗਏ ਨੇ। ਭਾਵੇਂ ਇਸ ਦੀ ਡਾਇਰੈਕਸ਼ਨ ਸਟਾਈਲ ਹੋਵੇ, ਭਾਵੇਂ ਉਸਦਾ ਐਕਸ਼ਨ ਕੋਰੀਓਗ੍ਰਾਫੀ ਹੋਵੇ, ਭਾਵੇਂ ਉਸਦਾ ਗੱਲ ਕਹਿਣ ਦਾ ਢੰਗ ਹੋਵੇ, ਉਹ ਟੋਟਲ ਦਾ ਟੋਟਲ ਸਾਰਾ ਹੀ ਕਾਪੀ ਕੀਤਾ ਗਿਆ ਸੀ। ਫਿਲਮ ਦੀ ਕਹਾਣੀ ਨੋਰਮਲ ਜੀ ਹੈ। ਜੈ ਰੰਧਾਵਾ ਆਪਣੇ ਪਿਤਾ ਜੀ ਨੂੰ ਬਹੁਤ ਨਫ਼ਰਤ ਕਰਦਾ ਹੈ, ਜੋ ਕਿ ਇੱਕ ਪੁਲਿਸ ਦੇ ਵਿੱਚ ਹਨ, ਅਤੇ ਉਹ ਉਹਨਾਂ ਦੀ ਮਾਤਾ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਹੈ, ਅਤੇ ਜੈ ਰੰਧਾਵਾ ਜੀ ਨੂੰ ਪੁਲਿਸ ਤੋਂ ਬਹੁਤ ਜ਼ਿਆਦਾ ਨਫ਼ਰਤ ਹੈ। ਅਤੇ ਉਹ ਵਿੱਚੋਂ ਮਤਲਬ ਆਪਾਂ ਕੋਈ ਚਲੋ ਕਹਾਣੀ ਤਾਂ ਪੂਰੀ ਨਹੀਂ ਦੱਸ ਸਕਦੇ, ਪਰ ਬਹੁਤ ਨਫ਼ਰਤ ਕਰਦੇ ਨੇ। ਅਤੇ ਗਾਹਾਂ ਉਹਨਾਂ ਦੀ ਭੈਣ ਦਾ ਵਿਆਹ ਵੀ ਜਿਹੜਾ ਆ ਉਹ ਇੱਕ ਪੁਲਿਸ ਵਾਲੇ ਦੇ ਨਾਲ ਹੀ ਕਰ ਦਿੱਤਾ ਜਾਂਦਾ ਹੈ, ਅਤੇ ਜੋ ਜੈ ਰੰਧਾਵਾ ਤੋਂ ਲੁਕੋ ਕੇ ਰੱਖਿਆ ਗਿਆ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਜੀਜਾ ਹੈ ਉਹ ਪੁਲਿਸ ਵਾਲਾ ਹੈ। ਅਤੇ ਵਿਲਨ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਪਵਨ ਭਾਅ ਜੀ। ਪਵਨ ਭਾਅ ਜੀ ਇੱਕ ਹੋਸਪਿਟਲਸ ਦੀ ਚੈਨ ਚਲਾਉਂਦੇ ਨੇ ਚੰਡੀਗੜ੍ਹ ਦੇ ਮੇਨ ਇਲਾਕੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ, ਜਿਹਦੇ ਵਿੱਚ ਇੱਕ ਕ੍ਰਾਈਮ ਹੋ ਰਿਹਾ। ਉਸ ਕ੍ਰਾਈਮ ਦੇ ਵਿੱਚ ਕਿਤੇ ਨਾ ਕਿਤੇ ਜੈ ਰੰਧਾਵਾ ਦੀ ਫੈਮਿਲੀ ਜਿਹੜੀ ਉਹਦੀ ਭੈਣ ਵੱਲੋਂ ਫੈਮਿਲੀ ਆ ਉਹ ਫਸ ਜਾਂਦੀ ਹੈ। ਬਸ ਉਸੇ ਨੂੰ ਬਚਾਉਣਾ ਹੈ ਪੂਰੀ ਫਿਲਮ ਦੇ ਵਿੱਚ ਜੈ ਰੰਧਾਵਾ ਜੀ ਨੇ। ਇਹੀ ਫਿਲਮ ਦੀ ਕਹਾਣੀ ਹੈ ਅਤੇ ਇਹੀ ਫਿਲਮ ਦਾ ਤੁਹਾਨੂੰ ਦੇਖਣਾ ਪਵੇਗਾ। ਸੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਐਕਸ਼ਨ ਦੀ। ਫਿਲਮ ਨੂੰ ਇੱਕ ਐਕਸ਼ਨ ਮੂਵੀ ਕਹਿ ਕੇ ਹੀ ਪ੍ਰਮੋਟ ਕੀਤਾ ਗਿਆ ਸੀ, ਕਿਉਂਕਿ ਇਹ ਜੈਨਰੇ ਜੈ ਰੰਧਾਵਾ ਨੂੰ ਕਾਫੀ ਪਸੰਦ ਹੈ। ਉਹ ਜਿੰਨੀਆਂ ਵੀ ਉਹਨਾਂ ਦੇ ਮੂਵੀਜ਼ ਕੀਤੀਆਂ ਨੇ ਉਹ ਸਾਰੀਆਂ ਹੀ ਐਕਸ਼ਨ ਜੈਨਰੇ ਦੀਆਂ ਹੁੰਦੀਆਂ ਨੇ। ਚੋਬਰ ਫਿਲਮ ਦੇ ਵਿੱਚ ਵੀ ਥੋੜ੍ਹੀ ਬਹੁਤ ਕਹਾਣੀ ਸੀ, ਮੈਡਲ ਫਿਲਮ ਦੇ ਵਿੱਚ ਵੀ ਥੋੜ੍ਹੀ ਬਹੁਤ ਕਹਾਣੀ ਸੀ, ਪਰ ਇਹ ਫਿਲਮ ਹਮੇਸ਼ਾ ਹੀ ਕਹਾਣੀ ਤੋਂ ਭਟਕਦੀ ਹੋਈ ਨਜ਼ਰ ਆਉਂਦੀ ਹੈ। ਐਕਸ਼ਨ ਦੇ ਉੱਪਰ ਹੀ ਜ਼ਿਆਦਾ ਜ਼ੋਰ ਜਿਹੜਾ ਉਹ ਦਿੱਤਾ ਗਿਆ ਸੀਗਾ। ਐਕਸ਼ਨ ਸੀਕੁਐਂਸ 5-6 ਸੀਨ ਨੇ ਜਿੱਥੇ ਬਹੁਤ ਵੱਡੇ ਵੱਡੇ ਸੀਨ ਕੱਟੇ ਗਏ ਨੇ ਫਿਲ ਐਕਸ਼ਨ ਦੇ ਲਈ, ਅਤੇ ਉਹ ਵੀ ਮਤਲਬ ਤੁਸੀਂ ਲਗਭਗ ਹਰੇਕ ਸਾਊਥ ਦੀਆਂ ਜਿਹੜੀਆਂ ਪੁਰਾਣੇ ਸਮੇਂ 'ਚ ਫਿਲਮਾਂ ਬਣਿਆ ਕਰਦੀਆਂ ਸੀਗੀਆਂ 2010 ਦੇ ਨੇੜੇ ਤੇੜੇ, ਉਹ ਐਕਸ਼ਨ ਵੀ ਪੂਰੀ ਤਰ੍ਹਾਂ ਦੇ ਨਾਲ ਮਤਲਬ ਐਕਸਪਾਇਰ ਹੋ ਚੁੱਕਾ। ਉਹੀ ਸਲੋ ਮੋਸ਼ਨ ਹੱਥ ਜਾ ਰਿਹਾ, ਸਲੋ ਮੋਸ਼ਨ ਲੱਤ ਜਾ ਰਹੀ, ਸਲੋ ਮੋਸ਼ਨ ਵਾਕਿੰਗ, ਸਲੋ ਮੋਸ਼ਨ ਫੋਲਿੰਗ, ਸਲੋ ਮੋਸ਼ਨ ਦੀ ਮੂਵਮੈਂਟ ਜਿੰਨੀ ਵੀ ਸੀਗੀ ਇਹ ਹੁਣ ਐਕਸਪਾਇਰ ਹੋ ਚੁੱਕੇ ਆ। ਇਹਨਾਂ ਦੇ ਬਾਰੇ ਇਸ ਤਰ੍ਹਾਂ ਦੇ ਐਕਸ਼ਨਸ ਹੁਣ ਮਤਲਬ ਕੋਈ ਕਰਦਾ ਨਹੀਂ ਆ, ਨਾ ਬਾਲੀਵੁੱਡ ਦੇ ਵਿੱਚ ਹੁੰਦੇ, ਨਾ ਹੀ ਸਾਊਥ ਦੇ ਵਿੱਚ ਹੁੰਦੇ ਆ। ਸਾਊਥ ਵਾਲੇ ਤਾਂ ਹੁਣ ਸਿੱਧਾ ਸਿੱਧਾ ਕੰਬਾਟ ਸੀਨ ਕਰਦੇ ਨੇ, ਹੈਂਡ ਟੂ ਹੈਂਡ ਫਾਈਟ ਹੁੰਦੀ ਆ ਉਹਨਾਂ ਦੀ। ਹਾਂ ਜਿਹੜੇ NBK ਹੋ ਗਿਆ, ਚਿਰਨਜੀਵੀ ਹੋ ਗਿਆ, ਜਿਹੜੇ ਪੁਰਾਣੇ ਬੁੜੇ ਬੁੜੇ ਐਕਟਰ ਹੈ ਉਹ ਹਜੇ ਇਹੋ ਜਿਹੇ ਸੀਨਸ ਜਿਹੜੇ ਨੇ ਉਹ ਯੂਜ਼ ਕਰਦੇ ਨੇ, ਪਰ ਜਿਹੜੇ ਹੁਣ ਯੰਗ ਜਨਰੇਸ਼ਨ ਕਹਿ ਲਓ, ਨਵੀਂ ਜਨਰੇਸ਼ਨ ਕਹਿ ਲਓ, ਨਵੇਂ ਡਾਇਰੈਕਟਰ ਜਿਹੜੇ ਆ ਗਏ ਨੇ, ਲੋਕੇਸ਼ ਕਨਗਰਾਜ ਹੋ ਗਿਆ, ਨੈਲਸਨ ਹੋ ਗਿਆ,
ਅਤੇ ਇਹ ਸਾਰੇ ਇਹ ਸੀਨਸ ਜਿਹੜੇ ਨੇ ਬਹੁਤ ਘੱਟ ਯੂਜ਼ ਕਰਦੇ ਨੇ, ਉਹੀ ਡਸਟ ਸੀਨ, ਸਲੋ ਮੋਸ਼ਨ ਵਾਲੇ ਫਾਈਟ ਸੀ। ਪਰ ਐਕਸ਼ਨ ਸੀਨਸ ਦੇ ਉੱਪਰ ਮਿਹਨਤ ਬਹੁਤ ਹੁੰਦੀ ਹੈ। ਜੈ ਰੰਧਾਵਾ ਨੂੰ ਇੱਕ ਗੱਲੋਂ ਸਲੂਟ ਹੈ ਕਿ ਉਹਦੀ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਹੈ ਬੰਦੇ ਦੀ। ਜੇ ਉਸ ਬੰਦੇ ਨੇ ਐਕਸ਼ਨ ਕੀਤਾ ਆ ਜਾਂ ਉਸ ਤੋਂ ਐਕਸ਼ਨ ਕਰਵਾਇਆ ਵਾ ਤਾਂ ਉਹਨੇ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਹੈ, ਉਹਨੇ ਆਪਣੇ ਵੱਲੋਂ ਪੂਰੀ ਵਾਹ ਲਾਈ ਆ ਵੀ ਮੈਂ ਆਪਣੇ ਸੀਨਸ ਜਿਹੜੇ ਮੇਰੇ ਲੋਕਾਂ ਤੱਕ ਪਹੁੰਚਣੇ ਆ ਉਹਨਾਂ ਨੂੰ ਆਪਣਾ 100% ਦੇ ਸਕਾਂ। ਬਾਕੀ ਉਸ ਨੂੰ ਸ਼ੂਟ ਕਿਵੇਂ ਕਰਨਾ ਉਹ ਤਾਂ ਹੁਣ ਐਕਸ਼ਨ ਡਾਇਰੈਕਟਰ ਦੀ ਹੱਥ 'ਚ ਹੁੰਦਾ ਜਾਂ ਡਾਇਰੈਕਟਰ ਦੇ ਹੱਥ 'ਚ ਹੁੰਦਾ। ਉੱਥੇ ਜੈ ਰੰਧਾਵਾ ਦੀ ਕੋਈ ਗਲਤੀ ਨਹੀਂ ਹੈ। ਕਿਤੇ ਕਿਤੇ ਬਹੁਤ ਲੂਪ ਹੋਲਸ ਜਾਂਦੇ ਨੇ, ਕਿਤੇ ਕਿਤੇ ਬਹੁਤ ਵੇਸਟ ਲੱਗਦਾ, ਕਿਤੇ ਕਿਤੇ ਤਾਂ ਬਹੁਤ ਜ਼ਿਆਦਾ ਹੀ ਓਵਰ ਲੱਗਦਾ ਕਿ ਯਾਰ 40-40, 45-45 ਬੰਦਿਆਂ ਦੇ ਨਾਲ ਇੱਕ ਲੌਤਾ ਬੰਦਾ ਲੜ ਰਿਹਾ ਵਾ। ਥੋੜ੍ਹਾ ਬਹੁਤ ਤਾਂ ਹੁਣ ਮਾੜਾ ਮੋਟਾ ਲੌਜਿਕ ਫਿਲਮਾਂ ਵਾਲੇ ਵੀ ਯੂਜ਼ ਕਰਨ ਲੱਗ ਪਏ ਨੇ। ਉਹੀ ਕਹਿ ਰਿਹਾ ਕਿ ਇਹ ਪੁਰਾਣਾ ਸਟਾਈਲ ਹੋ ਗਿਆ ਵੀ 40-40, 50-50, 100-100 ਬੰਦਿਆਂ ਦੇ ਨਾਲ ਜਿਹੜਾ ਲੜਨ ਲੜਾਈ ਕਰਨ ਵਾਲੀ ਚੀਜ਼ ਹੋ ਗਈ ਹੈ ਨਾ, ਇਹ ਹੋ ਗਈ ਹੁਣ ਪੁਰਾਣੀ। ਹੁਣ ਇਹ ਚੀਜ਼ਾਂ ਬਹੁਤ ਘੱਟ ਚੱਲਦੀਆਂ। ਸੋ ਆਪਣੇ ਪੰਜਾਬੀ ਸਿਨੇਮਾ ਦੇ ਵਿੱਚ ਚਲੋ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਨਵੀਆਂ ਨੇ, ਦੇਵ ਖਰੌੜ ਭਾਈ ਹੋ ਗਿਆ, ਜੈ ਰੰਧਾਵਾ ਹੋ ਗਿਆ ਅਤੇ ਹੋਰ ਵੀ 2-3 ਮੁੰਡੇ ਨੇ ਜਿਹੜੇ ਇਹੋ ਜਿਹੇ ਐਕਸ਼ਨ ਸੀਨਸ ਕਰਦੇ ਨੇ। ਗੱਲ ਕਰੀਏ ਅਦਾਕਾਰੀ ਦੀ, ਅਦਾਕਾਰੀ ਤਾਂ ਜਿੱਥੇ ਵੀ ਤੁਹਾਨੂੰ ਇਮੋਸ਼ਨਲੀ ਫਿਲਮ ਦੇ ਨਾਲ ਕਨੈਕਟ ਹੋਣਾ ਹੁੰਦਾ ਹੈ ਉੱਥੇ ਹੀ ਉਹ ਮਿਸ ਹੋ ਜਾਂਦੀ ਹੈ। ਇਮੋਸ਼ਨਲੀ ਤੁਸੀਂ ਇਸ ਫਿਲਮ ਦੇ ਨਾਲ ਕਿਤੇ ਵੀ ਕੰਟੈਕਟ ਨਹੀਂ ਕਰ ਪਾਉਂਦੇ ਹੋ। ਇਮੋਸ਼ਨਲ ਸੀਨ ਵੀ ਬਹੁਤ ਹੀ ਜ਼ਿਆਦਾ ਰਫ ਲੱਗਦੇ ਨੇ, ਇਮੋਸ਼ਨਸ ਨਿਕਲ ਕੇ ਬਾਹਰ ਨਹੀਂ ਆਉਂਦੇ ਨੇ। ਵਾਰ ਵਾਰ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ। ਜਿਹੜੀ ਉਹ ਲੜਕੀ ਹੈ ਉਹ ਤਾਂ ਬਿਲਕੁਲ ਹੀ ਨਵੀਂ ਹੈ, ਉਸ ਦੇ ਤਾਂ ਪੱਲੇ ਮੇਰੇ ਖਿਆਲ ਨਾਲ ਮਤਲਬ ਵੀ ਨਹੀਂ ਸੀ। ਫਿਲਮ ਸਿਰਫ ਬਣਾਈ ਹੀ ਉਹਦੇ ਲਈ ਗਈ ਸੀ ਦਲਜੀਤ ਸਿੰਧੂ ਦੁਆਰਾ, ਉਹ ਤਾਂ ਸਾਰਿਆਂ ਨੂੰ ਪਤਾ ਹੈ। ਪਰ ਉਹ ਫਿਲਮ ਬਣਾਈ ਉਸ ਕੁੜੀ ਕਰਕੇ ਗਈ ਸੀਗੀ, ਪਰ ਉਹ ਕੁੜੀ ਨੂੰ ਹੀ ਨਾ ਤਾਂ ਐਕਟਿੰਗ ਦਾ ਕੇ ਵੀ ਆਉਂਦਾ ਹੈ, ਨਾ ਹੀ ਉਹਨੇ ਮੇਰੇ ਖਿਆਲ ਨਾਲ ਕੋਈ ਇੱਕ ਵੀ ਸੀਨ ਅਜਿਹਾ ਦਿੱਤਾ ਜਿੱਥੇ ਬੰਦਾ ਕਹਿ ਸਕਦਾ ਕਿ ਹਾਂ ਇਹ ਇੱਕ ਚੰਗੀ ਅਦਾਕਾਰਾ ਹੈ। ਬਾਕੀ ਪਵਨ ਭਾਜੀ ਹੋ ਗਿਆ ਅਤੇ ਨਾਲ ਸਪੋਰਟਿੰਗ ਕਾਸਟ ਦੇ ਵਿੱਚ ਵੀ ਕੁਝ ਛੋਟੇ ਛੋਟੇ ਪਾਰਟਸ ਰੋਲ ਅਦਾ ਕੀਤੇ ਆ ਲੋਕਾਂ ਨੇ, ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ। ਜੈ ਰੰਧਾਵਾ ਦੀ ਭੈਣ ਦਾ ਜਿਨ੍ਹਾਂ ਨੇ ਰੋਲ ਕੀਤਾ ਉਹ ਵੀ ਬਹੁਤ ਸੋਹਣਾ ਕੰਮ ਕੀਤਾ। ਸਿਰਫ ਇੱਕ ਲੌਤੀ ਉਹੀ ਕੁੜੀ ਸੀ ਜਿਸ ਦੇ ਨਾਲ ਪੂਰੀ ਫਿਲਮ ਦੇ ਵਿੱਚ ਤੁਸੀਂ ਕਨੈਕਟ ਕਰ ਪਾਉਂਦੇ ਹੋ, ਜਿਸ ਦੀ ਸਟੋਰੀ ਨੂੰ ਸਮਝ ਪਾਉਂਦੇ ਹੋ, ਜਿਸ ਦੀ ਫੀਲਿੰਗਸ ਨੂੰ ਸਮਝ ਪਾਉਂਦੇ ਹੋ। ਬਾਕੀ ਸਾਰੀ ਫਿਲਮ ਫੀਲਿੰਗਲੈਸ, ਫਲੋਲੈਸ ਅਤੇ ਨਾ ਹੀ ਇਮੋਸ਼ਨਲੈਸ, ਕੁਝ ਵੀ ਮਤਲਬ ਕਿ ਅਜਿਹੀ ਚੀਜ਼ਾਂ ਹੈ ਨਹੀਂ ਸੀ ਦੇਖਣ ਨੂੰ, ਕੱਢਣ ਨੂੰ, ਪਾਉਣ ਨੂੰ ਫਿਲਮ ਦੇ ਵਿੱਚ, ਜੋ ਕਿ ਮਤਲਬ ਕੁਝ ਪਹਿਲਾਂ ਅਸੀਂ ਨਹੀਂ ਦੇਖੀਆਂ ਹੁਣ। ਸੋ ਕੁੱਲ ਮਿਲਾ ਕੇ ਭਾਈ ਜੈ ਰੰਧਾਵਾ ਦੀ ਮਿਹਨਤ ਨੂੰ ਸਲਾਮ ਹੈ। ਉਹ ਬੰਦਾ ਮਿਹਨਤ ਬਹੁਤ ਕਰ ਰਿਹਾ, ਉਹ ਆਪਣੇ ਵੱਲੋਂ ਪੂਰੀ 100% ਦੇਣ ਦੀ ਕੋਸ਼ਿਸ਼ ਜ਼ਰੂਰ ਕਰਦਾ, ਪਰ ਫਿਲਮ ਠੀਕ ਠਾਕ ਹੀ ਲੱਗੀ। ਪੁਰਾਣੀਆਂ ਸਾਊਥ ਦੀਆਂ ਫਿਲਮਾਂ ਜਿਵੇਂ ਹੁੰਦੀਆਂ ਸੀ ਉਸੇ ਤਰੀਕੇ ਦਾ ਇਸ ਦੇ ਵਿੱਚ ਕਹਾਣੀ ਅਤੇ ਉਸੇ ਤਰੀਕੇ ਦਾ ਐਕਸ਼ਨ ਹੈ। ਬਾਕੀ ਪਰਿਵਾਰਕ ਫਿਲਮ ਹੈ, ਕੋਈ ਵਲਗਰ ਸੀਨ ਨਹੀਂ ਹੈ ਵਿੱਚ, ਕੋਈ ਵਲਗਰ ਡਾਇਲੋਗਸ ਨਹੀਂ ਹੈ। ਕੁਛ ਕੁਛ ਡਾਇਲੋਗਸ ਦੇ ਉੱਪਰ ਬਹੁਤ ਤਾੜੀਆਂ ਸੀਟੀਆਂ ਵੀ ਵੱਜੀਆਂ, ਲੋਕਾਂ ਨੂੰ ਪਸੰਦ ਵੀ ਆ ਰਹੇ ਨੇ, ਜਿਨ੍ਹਾਂ ਲਈ ਇਹ ਚੀਜ਼ਾਂ ਨਵੀਆਂ ਨੇ। ਮਤਲਬ ਜਿਹੜੇ ਐਕਸ਼ਨ ਸੀਕੁਐਂਸ ਯੂਜ਼ ਹੋ ਰਹੇ ਨੇ ਜਾਂ ਜਿਹੜੇ ਡਾਇਲੋਗਸ ਯੂਜ਼ ਹੋ ਰਹੇ ਨੇ, ਜਿਨ੍ਹਾਂ ਲੋਕਾਂ ਲਈ ਇਹ ਚੀਜ਼ਾਂ ਨਵੀਆਂ ਨੇ ਉਹਨਾਂ ਨੂੰ ਬਹੁਤ ਪਸੰਦ ਆ ਰਹੀ ਹੈ। ਫਿਰ ਹਰੇਕ ਦੀ ਪਸੰਦ ਆਪਣੀ ਆਪਣੀ ਹੁੰਦੀ ਹੈ। ਹੁਣ ਮੇਰੀ ਪਸੰਦ ਅਲੱਗ ਹੈ, ਉਹਨਾਂ ਦੀ ਪਸੰਦ ਅਲੱਗ ਹੈ, ਮੈਂ ਆਪਣੀ ਪਸੰਦ ਉਹਨਾਂ 'ਤੇ ਥੋਪ ਨਹੀਂ ਸਕਦਾ। ਤੁਸੀਂ ਖੁਦ ਦੇਖਿਓ, ਪਰਿਵਾਰਕ ਫਿਲਮ ਹੈ, ਜਾ ਕੇ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਨੂੰ ਫਿਲਮ ਠੀਕ ਠਾਕ ਲੱਗੀ ਹੈ, ਇੱਕ ਵਾਰ ਤੁਸੀਂ ਇਸ ਨੂੰ ਜ਼ਰੂਰ ਦੇਖ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।